ਫਾਤ ਹੀ ਤੁਹਾਡਾ ਸੋਲੂਪ ਪੰਜਾਬ ਦੇ ਵਿੱਚ ਤੇ ਆਪਾਂ ਪਿਛਲੇ ਜਿਹੜੇ ਸਬਕ ਉਹਨਾਂ ਦੇ ਵਿੱਚ ਅੱਖਰ ਤੇ ਮੁਕਤਾ ਤੇ ਕੰਨਾ ਲਾਉਣਾ ਜਿਹੜਾ ਸਿੱਖਿਆ ਸੀ ਤੇ ਇਸ ਸਬਕ ਦੇ ਵਿੱਚ ਆਪਾਂ ਜਿਹੜਾ ਅਗਲਾ ਅੰਗਰੇਜ਼ੀ ਦੇ ਵਿੱਚ ਆਪਾਂ ਸਾਇਨ ਕਹਿੰਦੇ ਨੇ ਪਰ ਪੰਜਾਬੀ 'ਚ ਆਪਾਂ ਕਹਣਾ ਮੁਕਤਾ ਜਾਂ ਜਿਹੜੀ ਲਗਾ ਮਾਤਰਾ ਸਿੱਖਦੇ ਹਾਂ ਅਗਲਾ ਨੰਬਰ ਕੰਨੇ ਤੋਂ ਮਗਰੋਂ ਆਉਂਦਾ ਹੈਗਾ ਸਿਹਾਰੀ ਦਾ ਇਹ ਅੱਖਰ ਤੋਂ ਸਦਾ ਹੀ ਪਹਿਲਾਂ ਲੱਗਦਾ ਅੱਖਰ ਜੇਸ ਤੇ ਵੀ ਆਪਾਂ ਕੋਈ ਆਵਾਜ਼ ਬਣਾਉਣੀ ਆ ਤੇ ਉਹਦੇ ਤੋਂ ਇਹ ਪਹਿਲਾਂ ਲਗਣੀ ਸਿਹਾਰੀ ਜਿਹੜੀ ਆ ਇਹਦੇ ਥੋੜੇ ਬਹੁਤੇ ਜਿਹੜੇ ਮਿਸਾਲਾਂ ਮੈਂ ਇਹ ਦੇਊਗਾ ਤੇ ਆਪਾਂ ਥੋੜੇ ਬਹੁਤੇ ਅੱਖਰ ਜਿਹੜੇ ਲਿਖਾਂਗੇ ਤੇ ਤੁਸੀਂ ਆਪ ਵੀ ਸੋਚਣਾ ਕਿ ਜਦੋਂ ਮੈਂ ਅੱਖਰ ਬੋਲਦਾ ਤਾਂ ਕਿੱਥੇ ਸਿਹਾਰੀ ਲਗਣੀ ਆ ਤੇ ਕਿਦਾਂ ਆਪਾਂ ਜਿਹੜੀ ਆਵਾਜ਼ ਬਣਾਉਣੀ ਆ ਤੇ ਇੱਕ ਗੱਲ ਦਾ ਹੋ ਖਿਆਲ ਰੱਖਣਾ ਕਿ ਪਹਿਲਾਂ ਆਪਾਂ ਜਿੱਥੇ ਸੀਗਾ ਮੁਖਤਾ ਜਿੱਥੇ ਕੋਈ ਸ਼ਾਈਨ ਨਹੀਂ ਸੀ ਲੱਗਾ ਉਹ ਅਬ ਆਜਾਂਗੇ ਆਪਾਂ ਵਿੱਚ ਬਰਤਨ ਦੀ ਕੋਸ਼ਿਸ਼ ਕਰਨੀ ਆ ਤੇ ਜਿਹੜਾ ਕੰਨਾ ਆਪਾਂ ਲਾਇਆ ਸੀ ਉਹ ਵੀ ਇਹਦੇ ਵਿੱਚ ਆਵੇ ਤੇ ਜਿਹੜੇ ਆਪਾਂ ਹਾਲੇ ਲਗਾ ਮਾਤਰਾ ਨਹੀਂ ਸਿੱਖੀਆਂ ਮੈਂ ਕੋਸ਼ਿਸ਼ ਕਰਾਂਗਾ ਕਿ ਜਦੋਂ ਕਿਸੇ ਵੀ ਅੱਖਰ ਦੀ ਮੈਂ ਤੁਹਾਨੂੰ ਸਾਲ ਦੇਵਾਂ ਉਹ ਸਾਈਨ ਜਾਂ ਉਹ ਮਾਤਰਾ ਉਹ ਲਗਾ ਮਾਤਰਾ ਇਹਦੇ ਵਿੱਚ ਨਾ ਹੋਵੇ ਕਿਉਂਕਿ ਉਹ ਹਾਲੇ ਆਪਾਂ ਸਿੱਖੀ ਨਹੀਂ ਪਰ ਜਿਹੜੇ ਪਿੱਛੇ ਸਿੱਖ ਚੁੱਕੇ ਆ ਉਹ ਜਿੱਥੇ ਮਰਜੀ ਆ ਜਾਵੇ ਉਹ ਮੈਂ ਲਾਵਾਂਗਾ ਤਾਂ ਕਿ ਤੁਹਾਨੂੰ ਨਾਲ ਦੀ ਨਾਲ ਉਹਨਾਂ ਆਵਾਜ਼ਾਂ ਦਾ ਵੀ ਚੇਤਾ ਹੁੰਦਾ ਹੈ ਕੰਨਾਂ ਆਪਾਂ ਸਿੱਖਿਆ ਸੀ ਉਹਦਾ ਸੀ ਆਦੀਵਾਜ ਇਹਦੀ ਆਵਾਜ਼ ਜਿਹੜੀ ਹੈਗੀ ਹੈ ਈ ਦੇ ਹੁੰਦੀ ਹੈ ਈ ਈ ਸਟਰੋਂਗ ਨਹੀਂ ਉਹ ਅਗਲਾ ਸਾਇਨ ਹੋਣਾ ਬਿਹਾਰੀ ਇਹ ਥੋੜੀ ਜਿਹਾ ਜਦੋਂ ਮੈਂ ਤੁਹਾਨੂੰ ਇੱਕ ਦੋ ਮਸਾਲਾਂ ਇਹਦੀਆਂ ਦਿੱਤੀਆਂ ਤੁਹਾਨੂੰ ਪਤਾ ਲੱਗਣਾ ਪਹਿਲਾਂ ਆਪਾਂ ਜਿਹਦਾ ਕਹਿੰਦੇ ਨੇ ਸਿਰ ਆਪਣਾ ਸਿਰ ਤੇ ਜੇ ਲਿਖਣਾ ਹੋਵੇ ਸ ਸ ਰਾਰਾ ਏ ਬਣ ਜਾਂਦਾ ਸਰ ਪਰ ਆਪਾਂ ਲਿਖਣਾ ਸੈਰ ਤਾਂ ਸੈਰ ਲਿਖਣ ਲਈ ਆ ਜਿਹੜਾ ਸਾਇਨ ਅਹ ਆ ਜਿਹੜਾ ਇਹਨੂੰ ਸਾਦੇ ਸਿਹਾਰੀ ਇਹ ਇਦਾਂ ਦਾ ਜਿਹੜਾ ਸਿਹਾਰੀ ਜਿਹੜੀ ਆ ਇਹ ਅੱਖਰ ਤੋਂ ਪਹਿਲਾਂ ਲੱਗਣੀ ਆ ਤੇ ਇਹ ਬਣ ਗਿਆ ਸਿਰ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਆ ਉੱਪਰਲੀ ਲਾਈਨ ਅੱਖਰ ਦੇ ਹੁੰਦੀ ਆ ਤੇ ਸਿਹਾਰੀ ਐਦਾਂ ਤੇ ਆਪਾਂ ਜਿਹੜੀ ਅਗਲਾ ਅੱਖਰ ਆ ਤੁਹਾਨੂੰ ਪਤਾ ਹਿਰਨ ਹੁੰਦਾ ਜਾਨਵਰ ਹਿਰਨ ਜਾਂ ਆਪਾਂ ਕਹਿ ਸਕਦੇ ਕਿਤਾਬ ਇਸ ਹਿਰਨ ਹਾ ਹਾ ਰਾਰਾ ਨੰਨਾ ਇਹ ਬਣ ਗਿਆ ਹਿਰਨ ਤੇ ਆਪਾਂ ਕਹਿ ਸਕਦੇ ਹਾਂ ਇਸ ਜਾਂ ਕਿਤਾਬ ਜਾਂ ਬਿਮਾਰ ਚਲੋ ਆਪਾਂ ਲਿਖ ਲੈਂਦੇ S S ਤੇ ਲੱਗਣੀ ਹੈਗੀ ਆ E D ਸਸਾ S ਫੇਰ ਆਪਾਂ ਲਿਖ ਲੰਨੇ ਆ ਬਿਮਾਰ ਬੱਬਾ ਮੰਮੇ ਨੂੰ ਕੰਨਾ ਰਾਰਾ ਪਰ ਬਿਮਾਰ ਲਿਖਣ ਲਈ ਆਪਾਂ ਨੂੰ ਉੱਥੇ ਕੀ ਕਰਨਾ ਪੈਣਾ ਸੀ ਆਰੀ ਲੋਣੀ ਭਾਣੀ ਸੀ ਆਰੀ ਲਾ ਕੇ ਬਿਮਾਰ ਬੱਬਾ ਬਾਦੀਵਾਜ ਮੰਮਾ ਮਾਂ ਕੰਨਾ ਆ ਰਾਰਾ ਬਿਮਾਰ ਫੇਰ ਬਿਮਾਰ ਦਾ ਆਪਾਂ ਅਗਲਾ ਅੱਖਰ ਚਲੋ ਦੇ ਨਾਲ ਹੀ ਜੁੜਦਾ ਲੈ ਲਨੇ ਆਪਾਂ ਇਲਾਜ ਕਰਾਈ ਦਾ ਆ ਇਲਾਜ ਲਈ ਈੜੀ ਸੀ ਆਰੀ ਇਲਾਜ ਲੱਲਾ ਖੇਰ ਕਿਉਂਕਿ ਇਹ ਜਿਹੜੇ ਆਵਾਜ਼ ਹੈਗੀ ਹੈ ਏਲਾ ਲਾ ਆਪਾਂ ਨੂੰ ਇੱਥੇ ਲਾਉਣਾ ਪੈਣਾ ਕੰਨਾ ਜਿਜਾ ਕਈ ਬੋ ਕਈ ਜਿਹੜੇ ਇਲਾਕੇ ਉਹਨਾਂ ਦੇ ਵਿੱਚ ਇਲਾਜ ਸਾਦੇ ਆ ਕਈ ਕਹਿੰਦੇ ਇਲਾਜ ਜੇ ਤੁਸੀਂ ਇਲਾਜ ਜ਼ ਅ ਦੀ ਆਵਾਜ਼ ਬਣਾਉਣੀ ਆ ਤੇ ਇਹਦੇ ਥੱਲੇ ਬਿੰਦੀ ਪਰ ਇਹ ਹਾਲੇ ਬਿੰਦੀ ਤੁਸੀਂ ਸਿੱਖੀ ਨਹੀਂ ਇਸ ਕਰਕੇ ਮੈਂ ਇਹਨੂੰ ਰਹਿਣ ਦੇਣਾ ਇਹਨੂੰ ਮੈਂ ਕਹਿ ਦੇਣਾ ਇਲਾਜ ਆਪਾਂ ਇੱਕ ਦੋ ਅੱਖਰ ਹੋਰ ਸਿਰਫ ਇੱਥੇ ਕਰਨਿਆਂ ਤੇ ਕੋਸ਼ਿਸ਼ ਕਰਨੀ ਆ ਕਿ ਲੈਸਨ ਜਿਹੜਾ ਸਭ ਕਾ ਬਹੁਤ ਜਿਆਦਾ ਲੰਮਾ ਨਾ ਹੋਵੇ ਤੁਹਾਨੂੰ ਥੋੜੇ ਜਿਹੇ ਅੱਖਰਾਂ ਦੇ ਵਿੱਚ ਆਵਾਜ਼ ਦੀ ਇੱਕ ਵਾਰ ਸਮਝ ਲੱਗ ਗਈ ਜਿਹੜਾ ਮੈਂ ਅੱਖਰ ਲਿਖੀ ਜਾਓ ਆਪਾਂ ਕਹਿੰਦੇ ਆ ਉੱਪਰਲਾ ਸਿਖਰ ਤਹਾਂ ਸਿਆਰੀ ਸਿਸਾ ਕਕਾ ਰਾਰਾ ਸਿਖਰ ਸ ਕ ਕ ਕ ਰ ਰ ਰ ਸ਼ੇਖਰ ਇੱਕ ਅੱਖਰ ਮੈਂ ਆ ਸੋਚਦਾ ਸੀਗਾ ਤੁਹਾਨੂੰ ਦੱਸਦਾ ਵਾਂ ਪਰ ਉਹ ਅੱਖਰ ਦੇ ਵਿੱਚ ਜਿਹੜੀ ਬਿੰਦੀ ਆ ਉਹ ਤੁਸੀਂ ਹਾਲੇ ਸਿੱਖੀ ਨਹੀਂ ਮੈਂ ਸੋਚਦਾ ਸੀ ਤੁਹਾਨੂੰ ਆ ਇਹਦੇ ਨਾਲ ਹੀ ਜਿੱਤਾ ਚੇ ਇਦਾਂ ਹੋਵੇ ਸ ਸਿਹਾਰੀ ਕੱਕੇ ਨੂੰ ਕੰਨਾ ਇਹ ਬਣ ਜਾਂਦਾ ਹੈਗਾ ਸ਼ਿਕਾਰ ਜੇ ਆਪਾਂ ਬਣਾਉਣਾ ਹੋਵੇ ਇਹਨੂੰ ਸ਼ਿਕਾਰ ਤਾਂ ਇੱਥੇ ਬਿੰਦੀ ਪਾਉਣੀ ਪੈਣੀ ਆ ਪਰ ਮੈਂ ਪਹਿਲਾਂ ਵੀ ਕਿਹਾ ਸੀ ਬਿੰਦੀ ਹਾਲੇ ਨਹੀਂ ਪਰ ਜੇ ਚਲੋ ਇਹਦਾ ਮਤਲਬ ਭਾਵੇਂ ਅੱਖਰ ਦਾ ਕੋਈ ਵੀ ਨਾ ਹੋਵੇ ਇਹਦਾ ਕੋਈ ਮਤਲਬ ਨਹੀਂ ਹੈਗਾ ਸ਼ਿਕਾਰ ਅੱਖਰ ਹੈ ਨਹੀਂ ਪਰ ਫੇਰ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਜੇ ਅਸੀਂ ਲਿਖਣਾ ਹੋਵੇ ਸ਼ਿਕਾਰ ਤੇ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਆ ਤੇ ਇੱਕ ਅਧਾ ਅੱਖਰ ਹੋਰ ਲਿਖ ਕੇ ਤੇ ਆਪਾਂ ਜਿਹੜਾ ਇਹ ਲੈਸਨ ਮੇਰੇ ਖਿਆਲ ਸਾਬ ਕਿ ਜਿਹੜਾ ਇਹਨੂੰ ਆ ਬੰਦ ਕਰ ਦਿੰਨੇ ਆ ਤੇ ਆਪਾਂ ਕਰਪਾਨ ਦਾ ਮਿਆਨ ਹੁੰਦਾ ਮਿਆਨ ਆਪਾਂ ਲਿਖ ਲੈਨੇ ਆ ਮਮਾ ਸਿਆਰੀ ਐੜਾ ਅ ਕੰਨਾ ਮਿਆਨ ਤੇ ਤੁਹਾਨੂੰ ਵਿਆ ਸਿਆਰੀ ਦੀ ਸਮਝ ਆ ਗਈ ਹੋਵੇਗੀ ਤੇ ਅਗਲਾ ਜਿਹੜਾ ਆ ਸਾਈਨ ਉਹ ਦੂਜੇ ਪਾਸੇ ਹੁੰਦਾ ਸਿਹਾਰੀ ਇਧਰ ਹੁੰਦੀ ਅੱਖਰ ਤੋਂ ਪਹਿਲਾਂ ਤੇ ਜਿਹੜੀ ਬਿਹਾਰੀ ਆ ਬਿਲਕੁਲ ਇਦਾਂ ਇਹ ਅੱਖਰ ਤੋਂ ਮਗਰੋਂ ਤੇ ਜੇ ਇੱਥੇ ਮਿਆਨ ਤੋਂ ਆਪਾਂ ਇਹਨੂੰ ਇਧਰ ਪਾ ਦਈਏ ਇਹ ਬਣ ਜਾਣਾ ਬਿਆਨੀ ਪਰ ਆਪਾਂ ਇਹਦੀ ਜਿਹੜੇ ਆਵਾਜ਼ ਕਿਦਾਂ ਬਣਦੀ ਆ ਤੇ ਇਹਦੇ ਥੋੜੇ ਬਹੁਤੇ ਜਿਹੜੀਆਂ ਮਿਸਾਲ ਵਜੋਂ ਅੱਖਰ ਲੈ ਕੇ ਇਹ ਤੁਹਾਨੂੰ ਮੈਂ ਅਗਲੇ ਸਬਕ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੇ ਅੱਜ ਲਈ ਇਹਨਾਂ ਕਾਫੀ ਆ ਤੇ ਮੈਂ ਜਿਸ ਤਰ੍ਹਾਂ ਹਰ ਇੱਕ ਦਿਵਾਰੀ ਕਹਿੰਨਾ ਹਾਂ ਖੁਸ਼ ਰਹੋ ਆਸתי ਵਾਸਤੇ ਰਹੋ ਪ੍ਰੈਕਟਿਸ ਜੇ ਜ਼ਰੂਰ ਕਰਨਿਆ ਜ਼ਰੂਰ ਜਿੰਨੀ ਤੁਸੀਂ ਜ਼ਿਆਦਾ ਲਿਖ ਕੇ ਥੋੜੀ ਬਹੁਤੀ ਇਹਦੀਆਂ ਆਵਾਜ਼ਾਂ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਕਰੋਗੇ ਉਨਾ ਹੀ ਛੇਤੀ ਤੁਹਾਨੂੰ ਜਿਹੜੀ ਇਹ ਜਵਾਨ ਲਿਖਣੀ ਆਊਗੀ ਤੇ ਆਪਾਂ ਦੋ ਤਿੰਨ ਦਿਨਾਂ ਦੇ ਵਿੱਚ ਅਗਲਾ ਸੈਪ ਜਿਹੜਾ ਸਾਹਿਬ ਕਿਹਾ ਤੁਹਾਡੇ ਨਾਲ ਸਾਂਝਾ ਕਰਾਂਗੇ ਖੁਸ਼ ਰਹੋ ਆਸתי ਵਾਸਤੇ ਰਹੋ